ਇੱਕ ਦਫਾ ਮਾਫ ਕਰ ਦਿਓ, ਅੱਲਾ ਦਾ ਵਾਸਤਾ ਹੈ ਤੁਹਾਕੂ, ਕੁਰਾਨ ਦਾ ਵਾਸਤਾ ਹੈ, ਮੇਰੇ ਤੇ ਅਹਿਸਾਨ ਹੋ ਸੀ ਤੁਹਾਡਾ ਯਾਰ। ਤੁਸਾਂ ਹਰ ਵੀਡੀਓ ਪੁੱਛਦੇ ਹੋਵੇ ਨਾ ਮੇਰੇ ਕੋਲੋਂ, ਮੇਰੇ ਹਰ ਕਿਉਂ ਨੇ ਵੀਡੀਓ ਦੇ ਤੁਸਾਂ ਪੁੱਛਦੇ ਹੁੰਦੇ ਹੋਵੇ ਕਿ ਸ਼ਹਿਜ਼ਾਦ ਕੋਈ ਇਹ ਜਿਹਾ ਵਾਕਿਆ ਤੇਰੇ ਨਾਲ ਗੁਜ਼ਰਾ ਹੋਵੇ ਜਿਹੜਾ ਤੈਂ ਕੋਈ ਕਦੇ ਭੁੱਲਦਾ ਨਾ ਹੋਵੇ, ਮਤਲਬ ਕਦੇ ਇਹ ਜਿਹਾ ਤੇਰੀ ਲਾਈਫ ਵਿੱਚ ਕੋਈ ਇਹ ਜਿਹਾ ਮਸਲਾ ਗੁਜ਼ਰਾ ਹੋਵੇ, ਤਾਂ ਮੈਂ ਤੁਹਾਨੂੰ ਕਹਾਂ ਵੀ ਨਹੀਂ ਭਾਈ ਜਨ, ਅਲਹਮਦੁਲਿਲਾ ਅੱਜ ਤੱਕ ਮੈਂ ਨਾਲ ਇਹ ਜਿਹਾ ਕੋਈ ਵਾਕਿਆ ਕਹਿ ਨਹੀਂ ਆਇਆ ਕਿ ਜਿਹਦੇ ਮੈਂ ਕੋਈ ਸਾਰੀ ਜ਼ਿੰਦਗੀ ਉਹ ਵਾਕਿਆ ਨਾ ਭੁੱਲਾ ਹੋਵੇ ਅਤੇ ਉਹ ਬਹੁਤ ਮੁਸ਼ਕਿਲ ਵਕਤ ਗੁਜ਼ਰਾ ਹੋਵੇ, ਤਾਂ ਮਤਲਬ ਉਹ ਅੱਜ ਤੱਕ ਕਹਿ ਨਹੀਂ, ਅੱਜ ਤੱਕ ਨਹੀਂ ਕੱਲ੍ਹ ਤੱਕ ਆ ਸਕਦਾ, ਲੇਕਿਨ ਕੱਲ੍ਹ ਤੋਂ ਭਾਈ ਜਨ ਮੇਰੀ ਜ਼ਿੰਦਗੀ 'ਚ ਇਹ ਜਿਹਾ ਕੋਹਰਾਮ ਬਰਪਏ ਕਿ ਮੈਂ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕਦਾ, ਦੱਸ ਨਹੀਂ ਸਕਦਾ ਤੁਹਾਨੂੰ। ਮੇਰੀ ਫੈਮਿਲੀ, ਮੇਰੀ ਵਜ੍ਹਾ ਤੋਂ ਪੂਰੀ ਮੇਰੀ ਫੈਮਿਲੀ ਡਿਸਟਰਬ ਹੈ, ਸਿਰਫ ਮੇਰਾ ਇੱਕ ਉਹ ਛੋਟਾ ਜਿਹਾ ਮਜ਼ਾਕ ਹੈ ਡੀ ਜੀ ਖਾਨ ਵਾਲਿਆਂ ਨਾਲ। ਤਾਂ ਯਾਰ ਅਗਰ ਤੁਸਾਂ ਡੀ ਜੀ ਖਾਨ ਵਾਲੇ ਜਿਹੜੇ ਤੁਸਾਂ ਮੇਰੇ ਨਾਲ ਹੁਣ ਇਤਨੀ ਨਫ਼ਰਤ ਪੈ ਕਰਦੇ ਹੋ, ਤੁਸਾਂ ਕੋ ਲੱਗਦਾ ਕਿ ਮੈਂ ਤੁਹਾਡੇ ਨਾਲ ਨਫ਼ਰਤ ਕਰੇ ਨਾ ਜਾਂ ਤੁਹਾਡੇ ਡੀ ਜੀ ਖਾਨ ਦੇ ਖਿਲਾਫ਼ ਗੱਲ ਨਹੀਂ ਕਰੇ ਨਾ, ਤੁਸਾਂ ਅੱਲਾ ਦੇ ਬੰਦੇ ਮੇਰੇ ਪੇਜ ਦੇ ਉੱਤੇ ਤਾਂ ਵਾਂਝ ਕੇ ਦੇਖੋ ਆ, ਮੇਰੇ ਪੇਜ ਦੇ ਉੱਤੇ ਨਾ ਜਿਤਨੀਆਂ ਝੁੰਮਰਾਂ ਲੱਭਸਨ ਨਾ ਤੁਹਾਨੂੰ ਡੀ ਜੀ ਖਾਨ ਦੇ ਲੱਭਸਨ, ਠੀਕ ਹੈ, ਜਿਤਨਾ ਕੋਈ ਸਕਾਫਤੀ ਪ੍ਰੋਗਰਾਮ ਨਜ਼ਰ ਆਸਨ ਤਾਂ ਉਹ ਤੁਹਾਨੂੰ ਡੀ ਜੀ ਖਾਨ ਦੇ ਨਜ਼ਰ ਆਸਨ, ਮਤਲਬ ਮੇਰੇ ਆਖਣ ਦਾ ਇਹ ਕਿ ਮੈਂ ਇਤਨਾ ਡੀ ਜੀ ਖਾਨ ਦੇ ਲੋਕਾਂ ਨਾਲ ਪਿਆਰ ਕਰਨਾ ਆਮ, ਲੇਕਿਨ ਮੇਰੀਆਂ ਉਮੀਦਾਂ ਤੇ ਪਾਣੀ ਫਿਰ ਗਿਆ ਸਿਰਫ ਇੱਕ ਮੇਰੀ ਛੋਟੀ ਜਿਹੀ ਗਲਤੀ ਨਾਲ, ਤਾਂ ਇਹ ਗਲਤੀ ਮੈਂ ਕੋਈ ਸਾਰੀ ਜ਼ਿੰਦਗੀ ਨਾ ਭੁੱਲ ਸੀ। ਤਾਂ ਮੇਰਾ ਕੋਈ ਦੁਸ਼ਮਣੀ ਕਹਿਣਾ ਯਾਰ ਡੀ ਜੀ ਖਾਨ ਵਾਲਿਆਂ ਨਾਲ, ਸਾਰੇ ਮੇਰੇ ਵੱਡੇ ਵੀਰ ਹਨ ਅਤੇ ਸਾਰੇ ਪਿਆਰ ਕਰਨ ਵਾਲੇ ਲੋਕ ਹਨ, ਅਤੇ ਇਹਨਾਂ ਨਾਲ ਲੜਨਾ, ਇਹਨਾਂ ਨਾਲ ਦੁਸ਼ਮਣੀ ਜਾਂ ਇਹਨਾਂ ਦੇ ਉੱਤੇ ਗੱਲ ਨਹੀਂ ਕਰਨਾ ਮੇਰੀ ਔਕਾਤ ਹੀ ਕਹਿਣੀ। ਤੁਸਾਂ ਬਲੋਚ ਤਬਕਾ ਦੇ ਮਤਲਬ ਲੋਕ ਹੀ ਹੈ, ਬਲੋਚ ਵੀ ਹੈ, ਨਵਾਬ ਕੌਮ ਹੈ ਬਲੋਚ, ਮੈਂ ਤੱਕ ਬਹੁਤ ਹੀ ਮਤਲਬ ਗਰੀਬ ਫੈਮਿਲੀ ਨਾਲ ਤਾਲੁਕ ਰੱਖਦਾ, ਮੇਰੀ ਲੜਨ ਜਾਂ ਇਵੇਂ ਦੀ ਮੇਰੀ ਔਕਾਤ ਜਾਂ ਮੇਰੀ ਹੈਸੀਅਤ ਕਹਿਣੀ, ਮੈਂ ਕਹਿਣਾ ਲੜਾਂ ਸ਼ਰੀਫ ਖਾਨਦਾਨ ਨੇ, ਮਤਲਬ ਮੇਰਾ ਆਖਣ ਦਾ ਇਹ ਕਿ ਸ਼ਰੀਫ ਫੈਮਿਲੀ ਉਹਨਾਂ ਕੋਲ ਲੜਾਈ ਭਿੜਾਈ ਵਾਲੀ ਮੇਰੀ ਫੈਮਿਲੀ ਫੈਮਿਲੀ ਕਹਿਣੀ, ਤਾਂ ਤੁਸਾਂ ਆਖਦੇ ਹੋ ਕਿ ਯਾਰ ਮੈਂ ਲੜਨਾ ਹੈ ਤੁਸਾਂ ਮੇਰੇ ਨਾਲ, ਅਤੇ ਯਾਰ ਮੈਂ ਤਾਂ ਤੁਹਾਡੇ ਸਹਿੰਦਾ ਬੈਠਾ, ਮੈਂ ਦੇ ਤਾਂ ਇਤਨੀ ਹਿੰਮਤ ਕਹਿਣੀ ਕਿ ਮੈਂ ਤੁਹਾਡੇ ਸਾਹਮਣੇ ਖੜੀ ਸੰਗਾ, ਲੜਨ ਤਾਂ ਦੂਰ ਦੀ ਗੱਲ, ਤਾਂ ਮੈਂ ਤੁਹਾਡੇ ਕੋਲ ਅੱਗੇ ਵੀ ਹੱਥ ਬੰਨ ਕੇ ਆਪਣੀ ਗਲਤੀ ਦੀ ਮਾਫੀ ਮੰਗ ਚੁੱਕਾ, ਅਤੇ ਵਲਾ 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 ਤੁਹਾਡੇ ਕੋਲ ਗਲਤੀ ਦੀ ਮਾਫੀ ਮੰਗਦਾ ਬੈਠਾ ਕਿ ਜਿਹੜੀ ਮੈਂ ਕਹਿੰਦੇ ਉਹ ਗਲਤੀ ਥਈ ਹੈ, ਮੈਂ ਉਹ ਵੀਡੀਓ ਬਣਾ ਬੈਠਾ, ਮੈਂ ਆਪੂ ਜਾਣ ਤਾਂ ਮਜ਼ਾਕ ਕਰਦਾ ਰਿਹਾ, ਮਤਲਬ ਮੇਰੀ ਕੋਸ਼ਿਸ਼ ਇਹ ਆਈ ਕਿ ਮੇਰੇ ਇਹ ਵੀਡੀਓ ਨਾਲ ਲੋਕਾਂ ਦੇ ਚਿਹਰੇ ਤੇ ਮੁਸਕਰਾਹਟ ਅਸੀਂ ਖੇਲਾ ਸੀ, ਲੋਕਾਂ ਦੇ ਚਿਹਰੇ ਤੇ ਮੁਸਕਰਾਹਟ ਅਣੇ ਨੇ ਮੇਰੇ ਆਪਣੇ ਚਿਹਰੇ ਦੀ ਮੁਸਕਰਾਹਟ ਉੱਡੀ ਗਈ ਹੈ। ਤਾਂ ਯਕੀਨ ਕਰੋ ਇਹ ਮੈਂ ਕਦੇ ਸੋਚਾ ਵੀ ਕਹਿਣ ਲਈ, ਯਾਰ ਮੈਂ ਅੱਲਾ ਦੀ ਕਸਮ ਖਾ ਕੇ ਆਦਾਂ, ਕੁਰਾਨ ਦੀ ਕਸਮ ਖਾ ਕੇ ਆਦਾਂ ਕਿ ਮੇਰੇ ਜ਼ਿਹਨ 'ਚ ਬਿਲਕੁਲ ਹੀ ਕਹਿਣੀ ਕਿ ਮੈਂ ਡੀ ਜੀ ਖਾਨ ਵਾਲਿਆਂ ਦੇ ਉੱਤੇ ਹਿੱਟ ਕਰਦਾ ਪਿਆਂ ਜਾਂ ਉਹਨਾਂ ਦੇ ਵੱਡਿਆਂ ਦੇ ਮੰਝਲਿਆਂ 'ਤੇ ਜਾਂ ਉਹਨਾਂ ਦੇ ਸਕਾਫਤ ਕੋ ਗਲਤ ਆਦਾ ਪਿਆਂ, ਸਿਰਫ ਇੱਕ ਬੱਟ ਆਈ, ਸਿਰਫ ਇੱਕ ਮਜ਼ਾਕ ਆਈ, ਸਿਰਫ ਇੱਕ ਕਮੇਡੀ ਵੀਡੀਓ ਆਈ ਪਈ, ਮੇਰੀ ਜ਼ਿੰਦਗੀ ਦੋਜ਼ਖ ਬਣ ਗਈ, ਤੁਸੀਂ ਸੋਚ ਨਹੀਂ ਕਰ ਸਕਦੇ। ਮੇਰੀ ਫੈਮਿਲੀ ਕਿਤਨੀ ਪਰੇਸ਼ਾਨ ਹੈ, ਪੂਰਾ ਮੇਰਾ ਖਾਨਦਾਨ ਕਿਤਨਾ ਪਰੇਸ਼ਾਨ ਹੈ, ਤੁਹਾਨੂੰ ਕੁਛ ਇਹ ਚੀਜ਼ ਦਾ ਅੰਦਾਜ਼ਾ ਕਹਿ ਨਹੀਂ, ਮੇਰੀ ਜ਼ਿੰਦਗੀ ਤਬਾਹ ਥੀ ਗਈ ਹੈ, ਤੁਹਾਡੇ ਕੋਲ ਮੈਂ ਕਿਤਨਾ ਦਫ਼ਾ ਮਾਫ਼ੀ ਮੰਗੀ ਬੈਠਾ, ਤੁਸਾਂ ਮੇਰੀ ਮਾਫ਼ੀ ਕੋ ਰੱਦ ਕਰ ਛੁੜਿਆ ਦਿਓ, ਮੈਂ ਕੋਈ ਮੱਤ ਆ ਗਈ ਜ਼ਿੰਦਗੀ 'ਚ, ਕਦੇ ਹੀ ਕਹਿ ਦੇ ਲਿਬਾਸ 'ਤੇ, ਕਦੇ ਹੀ ਕਹਿ ਦੀ ਕੌਮ 'ਤੇ, ਕਦੇ ਹੀ ਕਹਿ ਦੇ ਸ਼ਹਿਰ 'ਤੇ, ਕਦੇ ਹੀ ਕਹਿ ਦੇ ਕਸਬੇ 'ਤੇ, ਕਦੇ ਹੀ ਕਹਿ ਦੀ ਗਲੀ 'ਤੇ, ਕਹੀਂ ਕਹਿ ਦੇ ਛੋਟੇ 'ਤੇ, ਕਹੀਂ ਕਹਿ ਦੇ ਵੱਡੇ ਨਾਲ ਮਜ਼ਾਕ ਕੰਨ ਪਕੜ ਕੇ ਆਉਂਦਾ, ਕਦੇ ਜ਼ਿੰਦਗੀ 'ਚ ਨਾ ਕਰੇ ਸਾਂ ਜਿਹੜੀ ਮੈਂ ਕੋਈ ਤੁਸਾਂ ਦਿੱਤੀ ਵੇ ਨਾ ਮੱਤ ਦਿੱਤੀ ਵੇ, ਯਕੀਨ ਕਰੋ ਮੈਂ ਜ਼ਿੰਦਗੀ 'ਚ ਲੰਬੀਆਂ ਜਾਇਆਂ ਕੋਈ ਮੱਤੂ ਦੇਸਾਂ ਕਿ ਇਵੇਂ ਦਾ ਮਜ਼ਾਕ ਖਾਸ ਤੌਰ 'ਤੇ ਕਹਿੰਦੇ ਇਲਾਕੇ ਦੇ ਉੱਤੇ ਮਜ਼ਾਕ ਨਾ ਕਰਾਏ, ਮਤਲਬ ਮੇਰਾ ਇਹ ਹੀ ਕਹਿਣਾ ਕਿ ਮੈਂ ਡੀ ਜੀ ਖਾਨ ਦਾ ਮਜ਼ਾਕ ਉਡਾਵਾਂ ਯਾਰ, ਡੀ ਜੀ ਖਾਨ ਹੱਥੋਂ ਅਸਾਂ ਸ਼ਾਦੀ 'ਤੇ ਵਹਿੰਦੇ ਪਿਆ ਸੀ, ਖੁਸ਼ੀ ਆਈ ਸਾਗੋਂ ਅਸਾਂ ਸ਼ਾਦੀ 'ਤੇ ਉੱਥਾਂ ਇੰਜੋਏ ਕਰੇ ਸੋਂ, ਅਤੇ ਸ਼ਾਦੀ 'ਚ ਅਸਾਂ ਇੰਜੋਏ ਕਰਨ ਗਿਆ ਸੀ, ਲੇਕਿਨ ਅਸਾਂ ਤਾਂ ਇਹੀ ਖੁਸ਼ੀ 'ਚ ਗੱਪ ਲੈਂਦੇ ਗਿਆ ਸੀ, ਇਹੀ ਖੁਸ਼ੀ ਕੋ ਦੋਬਲਾ ਕਰਨ ਦੀ ਸਾਰੀ ਕੋਸ਼ਿਸ਼ ਆਈ ਡੀ ਜੀ ਖਾਨ ਦੀ ਸ਼ਾਦੀ ਦੀ ਖੁਸ਼ੀ ਕੋ, ਲੇਕਿਨ ਸਾਕੋ ਨਹੀਂ ਪਤਾ ਕਿ ਸਾਡਾ ਇਹ ਖੁਸ਼ੀ ਉਹਨਾਂ ਕੋਲ ਪਸੰਦ ਨਾ ਸੀ, ਤਾਂ ਸਾਕੋ ਬਹੁਤ ਅਰਮਾਨ ਹੈ ਯਾਰ, ਮੈਂ ਤੁਹਾਡੇ ਕੋਲ ਵੱਧ ਹੱਥ ਵੱਧ ਕੇ ਆਦਾਂ, ਖੁਦਾ ਦਾ ਵਾਸਤਾ ਦੇਣਾ ਕਿ ਯਾਰ ਮੇਰੇ ਕੋਲੋਂ ਜਿਹੜੀ ਗਲਤੀ ਥਈ ਹੈ ਮੈਂ ਉਹਦੀ ਮਾਫ਼ੀ ਮੰਗਦਾ ਤੁਹਾਡੇ ਕੋਲੋਂ, ਵਲਾ ਇਵੇਂ ਦੀ ਗਲਤੀ ਮੈਂ ਸਾਰੀ ਜ਼ਿੰਦਗੀ ਨਾ ਕਰੇ ਸਾਂ, ਅਤੇ ਲੋਕਾਂ ਕੋਈ ਆਖ ਸਾਂ ਕਿ ਯਾਰ ਕਦੇ ਕਹਿਣ ਨਾਲ ਮਜ਼ਾਕ ਇਵੇਂ ਦਾ ਨਾ ਕਰੇ।
ਤੋ ਕਿਆ ਲੱਗਦਾ ਕਿ ਯਾਰ ਮੇਰੇ ਪੀਆਂ ਵੀਡੀਓ ਤਾਂ ਬਣ ਕੇ ਦੇਖੋ ਯਾਰ, ਮੈਂ ਕਹੀਂ ਕਹਿਣ ਦੇ ਉੱਤੇ ਹਿੱਟ ਕਿਆ ਨਾਮ ਕਰਦਾ ਕਹਿੰਦੇ ਇਲਾਕੇ ਦੇ ਉੱਤੇ, ਇਹਦੇ ਵਿੱਚ ਯਾਰ ਮੇਰਾ ਹਿੱਟ ਕਰਨ ਦਾ ਬਿਲਕੁਲ ਹੀ ਯੋ ਕਹਿੰਦੇ, ਸਿਰਫ ਸਮਝਣ ਵਿੱਚ ਫਰਕ ਹੈ ਤੁਹਾਡੇ। ਤਾਂ ਯਾਰ ਤੁਸਾਂ ਬਲੋਚ ਇਹਦੀ ਵੱਡੀ ਕੌਮ ਹੀ ਵੇ, ਇਹਦੀ ਵੱਡੀ ਬਰਾਦਰੀ ਵੇ, ਖਾਸ ਤੌਰ ਤੇ ਯਾਰ ਤੁਸਾਂ, ਮੈਂ ਜਿਤਨੀ ਡੇਰਾ ਗਾਜ਼ੀ ਖਾਨ ਡਿਵੀਜ਼ਨ, ਡੇਰਾ ਗਾਜ਼ੀ ਖਾਨ ਦੀ ਬਲੋਚ ਬਰਾਦਰੀ ਹੈ, ਮੈਂ ਖਾਸ ਤੌਰ ਤੇ ਜਿਤਨੇ ਵੀ ਬਲੋਚ ਮਾਰਕਾ ਹਨ ਸਾਰਿਆਂ ਦਾ ਹੱਥ ਬਣ ਕੇ ਮਾਫੀ ਮੰਗਦਾ ਕਿ ਮੇਰਾ ਭਾਈ ਇੱਕ ਵਾਰੀ ਮੈਂ ਕੋਈ ਗਲਤੀ ਦੀ ਮਾਫੀ ਦੇ ਦਿੱਤੀ ਮੈਨੇ, ਠੀਕ ਹੈ, ਇੱਕ ਵਾਰੀ ਮੈਂ ਕੋਈ ਦੇ ਤੂੰ ਮਾਫੀ ਦੇ ਦਿਓ, ਨੈਕਸਟ ਟਾਈਮ ਇਹ ਜੀ ਗਲਤੀ ਸਾਰੀ ਜ਼ਿੰਦਗੀ ਨਾ ਦੁਹਰਾਇਆ ਸਾ। ਇਹ ਤੁਸਾਂ ਸਾਰਿਆਂ ਦਾ ਅਹਿਸਾਨ ਹੋ ਸੀ ਮੇਰੇ ਤੇ, ਅਗਰ ਤੁਹਾਨੂੰ ਮੇਰੇ ਤੇ ਅਹਿਸਾਸ ਹੋਵੇ, ਤੁਹਾਨੂੰ ਮੇਰੇ 'ਚ ਕੋਈ ਸੱਚਾਈ ਨਜ਼ਰ ਆਵੇ ਕਿ ਮੈਂ ਤੁਹਾਡੇ ਖਿਲਾਫ ਕਹਿਣਾ ਮੀ, ਤਾਂ ਮੈਂ ਤੇ ਅਹਿਸਾਨ ਕਰਕੇ ਮਤਲਬ ਮੇਰੇ ਖਿਲਾਫ ਵੀਡੀਓ ਬਣਾਉਣਾ ਛੋੜ ਦਿਓ ਅਤੇ ਮੇਰੇ ਕੋ ਮਾਫ਼ ਕਰ ਦਿਓ। ਕੋਈ ਤਰਸ ਕਰੋ ਚਾਹੇ ਯਾਰ, ਇਨਸਾਨ ਗਲਤੀਆਂ ਦਾ ਪੁਤਲਾ ਹੁੰਦਾ, ਗਲਤੀਆਂ ਕਰੇਂਦਾ ਤਾਂ ਸਿੱਖਦਾ। ਬਸ ਉਹ ਮੇਰੀ ਮੈਂ ਗਲਤੀ ਕੀਤੀ, ਮੈਂ ਤਾਂ ਕਹੀਂ ਮੇਰੇ ਕੋ ਮਾਫ਼ੀ ਨਹੀਂ ਦਿੱਤੀ, ਬਸ ਫਰਕ ਹੀ ਚੀਜ਼ ਦਾ। ਬਾਕੀ ਮੈਂ ਬਹੁਤ ਸ਼ਰਮਿੰਦਾ ਤੁਸੀਂ ਸਾਰਿਆਂ ਦਾ, ਕਿਉਂਕਿ ਮੈਂ ਤੁਹਾਡੇ ਸਾਰਿਆਂ ਦਾ ਦਿਲ ਲੁਕਿਆ ਮੀ, ਤਾਂ ਮੇਰੇ ਕੋ ਮਾਫ਼ ਕਰ ਦਿਓ, ਤੁਹਾਡਾ ਅਹਿਸਾਨ ਹੋ ਸੀ। ਉਮੀਦ ਰੱਖਦਾ ਤੁਸੀਂ ਸਾਰੇ ਮੇਰੇ ਕੋ ਮਾਫ਼ ਕਰ ਦੇ ਸੋ, ਇਹ ਗਲਤੀ ਵਾਲਾ ਨਾ ਮੈਂ ਦੋਹਰਿਆ ਸਾਂ, ਤੁਹਾਡਾ ਅਹਿਸਾਨ ਹੋ ਸੀ ਸਾਰਿਆਂ ਦਾ।